जी सब तो पहला तो असलाम वालेकुम जी, जो साडे वीर भरा सानू मित्र देखते हैं उन्होंने तारे सारे तरफों सलाम होवे जी। आज की वीडियो गैस वास्ते है कि मतलब जी कार होगी, मतलब जी भी मतलब मुख्तलिफ कार होगी वो गैस व्यू मतलब तलक असं वीडियो बना रहे हैं जी। तो साढ़े भरावान भरा अगर साड़ी वीडियो चंगी लगे तो लाइक तो शेयर कर दौ, सबसक्राइब कर दौ, तो क्योंकि ये जी वीडियो बना रहे हैं असी कोई मतलब दोस्तों को दसने वास्ते बना रहे हैं कि ना कि पैसे कमाने वास्ते, इस जरिए ना बना रहे कि साढ़े दोस्तों रहनमई हो सके। तो अज असी आए हैं मलक सनैन सूर इलैक्ट्रीशियन साहब को तांदला के रहायशी ने जी। सर जी सब तो पहला तो असलाम वालेकुम जी। वालेकुम असलाम। सब तो पहला तो सर तुहाडा शुक्रिया तुसीं सानूं टाइम दिता। ठीक होगा सर, असं ये पूछना चाहवांगे कि मतलब तुसीं गैस किस किस च भरदे हो, किहड़ी किहड़ी गड्डी दा काम करदे हो जी? अलहमदुलिल्लाह साडा गड्डियां दा मतलब कार एसी दा काम है जी। गड्डी दे कार हो गई, कोस्टर हो गई, डाला हो गया, कोच हो गया, एसी दे मतलब जिन्नियां भी ऑलरेडी गड्डियां ते सारियां दा अलहमदुलिल्लाह असीं काम करदे हां जी एसी। सर तुहाडे को कल्ली गैस मिलदी आ या मतलब समान वगैरह भी मिल जांदा? किस मेरे भरा ने सदूकी मेहरान च एसी लवाना होवे तो उहदा किन्ना खर्चा आ जाएगा अगर उहदे विच एसी दा मतलब कोई समान ना होवे? ਮਹਿਰਾਨ ਆਲਟੋ ਮਹਿਰਾਨ ਬੀ ਐਕਸ ਆਰ ਆ ਰਹੀ ਸੀ ਨਾ ਜੀ। ਜੀ ਜੀ ਸਰ, ਪੁਰਾਣਾ ਮਾਡਲ, ਠੀਕ ਹੈ। ਇੱਕ ਬੀ ਐਕਸ ਆਈ ਹੈ, ਇੱਕ ਬੀ ਐਕਸ ਆਰ ਆਈ ਹੈ। ਜਿਹੜੀ ਬੀ ਐਕਸ ਹੈ ਉਹਦੇ ਵਿੱਚ ਏ ਸੀ ਨਹੀਂ ਆਇਆ। ਠੀਕ ਹੋ ਗਿਆ। ਉਸ ਗੱਡੀ ਦੇ ਵਿੱਚ ਅਸੀਂ ਮੁਕੰਮਲ ਯੂਨਿਟ ਨਵੇਂ ਮਾਡਲ ਦਾ ਆਲਟੋ ਬੀ ਐਕਸ ਆਰ ਦਾ ਇੰਸਟਾਲ ਕਰਕੇ ਦੇਈਦਾ ਵਾ, ਉਹਦਾ 50,000 ਰੁਪਇਆ ਖਰਚਾ। ਅਗਰ ਤੁਸੀਂ ਉਹੀ ਯੂਨਿਟ ਕੰਪਨੀ ਸਜ਼ੂਕੀ ਕੰਪਨੀ ਤੋਂ ਲਗਵਾਓ ਜਾਂ ਲੱਗੇ ਲਗਾ ਲਓ ਤਾਂ 1.5 ਲੱਖ ਰੁਪਏ ਦਾ ਲਗਾ ਕੇ ਦਿੰਦੇ ਨੇ। ਲੇਕਿਨ ਜਿਹੜਾ ਅਸੀਂ 50,000 ਦੇ ਵਿੱਚ ਲਗਾ ਕੇ ਦੇਵਾਂਗੇ ਉਹਦਾ ਤੁਹਾਨੂੰ ਫਾਇਦਾ ਵੀ ਹੋਏਗਾ, ਫਿਰ ਉਸ ਤੋਂ ਬਾਅਦ ਚੀਜ਼ ਵੀ ਅੱਛੀ ਲਗਾ ਕੇ ਦੇਵਾਂਗੇ, ਉਹਦੇ ਨਾਲ ਫਿਊਰ ਐਵਰੇਜ ਵੀ ਅੱਛੀ ਰਹੇਗੀ। ਸਰ ਦੇਖੋ ਨਾ ਕਿ ਅਗਰ ਤੁਹਾਨੂੰ ਅਗਰ ਕਸਟਮਰ 50,000 ਦੇ ਰਿਹਾ ਜੀ, ਉਹਦੇ ਵਿੱਚ ਮਤਲਬ ਉਹਨੂੰ ਕਿਸ ਚੀਜ਼ ਦੀ ਤੁਸੀਂ ਗਰੰਟੀ ਦਿਓਗੇ? ਅਸੀਂ ਉਹਨੂੰ 6 ਮਾਹ ਦੀ ਗਰੰਟੀ ਦੇਵਾਂਗੇ ਜੀ। ਠੀਕ ਹੈ, ਜਿਹੜਾ ਆਦਮੀ ਸਾਡੇ ਤੋਂ ਆਲਟੋ ਜਾਂ ਮਹਿਰਾਨ ਦੇ ਵਿੱਚ ਏ ਸੀ ਇੰਸਟਾਲ ਕਰਵਾਏਗਾ ਉਹਦੀ 6 ਮਾਹ ਦੀ ਗਰੰਟੀ ਹੋਏਗੀ। ਗੈਸ ਲੀਕ ਹੋਈ ਜੀ, ਕੰਪਰੈਸਰ ਖਰਾਬ ਹੋ ਜਾਵੇ ਕਿਸੇ ਮਤਲਬ ਵੀ, ਜਾਂ ਆਹ ਗੈਸਾਂ ਸਾਡੇ ਕੋਲ ਪਈਆਂ ਨੇ, ਠੀਕ ਹੈ, ਇਹਦੇ ਵਿੱਚ ਅਮੈਰੀਕਨ ਗੈਸ ਵੀ ਹੈਗੀ ਹੈ, ਚਾਈਨਾ ਦੀ ਵੀ ਪਈ ਹੈ, ਠੀਕ ਹੈ, ਲੋਕਲ ਗੈਸਾਂ ਵੀ ਹੈ। ਲੇਕਿਨ ਜਿਹੜਾ ਅਸੀਂ ਨਵਾਂ ਯੂਨਿਟ ਲਗਾ ਕੇ ਦੇਈਦਾ ਉਹਦੇ ਵਿੱਚ ਅਸੀਂ ਜੈਂਟਰੋਨ ਅਮੈਰੀਕਨ ਗੈਸ ਫਿਲ ਕਰਕੇ ਦੇਈਏ। ਸਰ ਜਿਹੜੀ ਚਾਈਨਾ ਦੀ ਗੈਸ ਅਤੇ ਅਮੈਰੀਕਾ ਦੀ ਗੈਸ 'ਚ ਕੀ ਫਰਕ ਹੈਗਾ? ਇਹਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ ਜੀ। ਇਸ ਤਰ੍ਹਾਂ ਲਾ ਲਓ ਕਿ ਇੱਕ ਹੈਗੀ ਹੈ ਜੀ ਕੋਕ ਦੀ ਬੋਤਲ ਹੈ ਜੀ, ਜੀ ਇੱਕ ਹੈਗੀ ਗੋਰਮੇ ਜੀ, ਸਮਝਦਾਰ ਹੋ, ਮਤਲਬ ਜਿੰਨਾ ਗੁੜ ਉਨਾ ਮਿੱਠਾ, ਉਨਾ ਮਿੱਠਾ ਜੀ। ਜੀ ਅਸੀਂ ਇੱਕ ਚੀਜ਼ ਤੁਹਾਡੇ ਕੋਲ ਹੋਰ ਪੁੱਛਣਾ ਚਾਹਾਂਗੇ। ਆਹ ਮਸਲਾ ਬਹੁਤ ਸਿਲੰਡਰ ਨੇ, ਮੈਂ ਤੁਹਾਡੇ ਕੋਲ 5 ਸਿਲੰਡਰ ਪਏ ਨੇ ਜੀ, ਜੀ ਠੀਕ ਹੋ ਗਿਆ। ਇਸ ਮਤਲਬ ਕਾਰ ਏਸੀ ਦੀ ਗੈਸ, ਏਸੀ ਫ੍ਰਿਜ ਦੀ ਗੈਸ 'ਚ ਕੀ ਫਰਕ ਹੈਗਾ? ਜੀ ਬਿਲਕੁਲ, ਬਹੁਤ ਅੱਛਾ ਸਵਾਲ ਕੀਤਾ ਤੁਸੀਂ, ਠੀਕ ਹੈ। ਜਿਹੜੇ ਮੇਰੇ ਦੋਸਤ ਵੀਡੀਓ ਵੇਖ ਰਹੇ ਨੇ ਉਹਨਾਂ ਦੀ ਰਹਿਨਮਾਈ ਵਾਸਤੇ ਤੁਸੀਂ ਸਵਾਲ ਬਹੁਤ ਅੱਛਾ ਕੀਤਾ। ਜਿਹੜੇ ਪੁਰਾਣੇ ਏਸੀ ਸਨ, ਜਿਹੜੇ ਇਨਵਰਟਰ ਨਹੀਂ ਸਨ, ਸਿਪਲਟ ਏਸੀ ਟਨ ਦੇ ਟਨ ਦਾ, ਉਸ ਤੋਂ ਬਾਅਦ ਜਿਹੜੀਆਂ ਪੁਰਾਣੀਆਂ ਘਰ 'ਚ ਫਰਿੱਜਾਂ ਨੇ ਉਹਨਾਂ ਦੇ ਵਿੱਚ ਜਿਹੜੀ ਗੈਸ ਯੂਜ਼ ਹੁੰਦੀ ਹੈ ਅਤੇ ਜਿਹੜੀ ਗੱਡੀ ਦੇ ਵਿੱਚ ਅਸੀਂ ਗੈਸ ਯੂਜ਼ ਕਰਦੇ ਹਾਂ ਉਹ ਇੱਕ ਹੀ ਗੈਸ ਹੈ। ਸਭ ਲੋਕ ਝੂਠ ਬੋਲਦੇ ਨੇ ਇੰਨੀ ਮਹਿੰਗੀ ਗੈਸ ਹੈ, ਆਹ ਮਸਲਾ ਵਾ, ਯੇ ਉਹ ਆ, ਸਭ ਗਲਤ ਸੁਣਾਉਂਦੇ ਨੇ। ਗੈਸ ਦਾ ਰੇਟ ਮੁਨਾਸਬ ਹੈ, ਇਹਨਾਂ ਵਿੱਚ ਇੱਕ ਹੀ ਯੂਜ਼ ਹੁੰਦੀ ਆ, R134, ਠੀਕ ਹੈ। ਬਾਕੀ ਜਿਹੜੇ ਇਨਵਰਟਰ ਏ ਸੀ ਆਏ ਨੇ ਨਵੇਂ, ਉਹਨਾਂ ਦੇ ਵਿੱਚ R410 ਵੀ ਪੈਂਦੀ ਆ, R600 ਵੀ ਯੂਜ਼ ਹੋ ਰਹੀ ਹੈ, ਫਰਿੱਜਾਂ ਦੇ ਵਿੱਚ ਵੀ ਯੂਜ਼ ਹੋ ਰਹੀ ਹੈ। ਲੇਕਿਨ ਉਹ ਸਾਡੇ ਅਜੇ ਗੱਡੀਆਂ ਦੇ ਰਿਲੇਟਡ ਜਾਂ ਪੁਰਾਣੇ ਮਾਡਲਾਂ ਦੇ ਵਿੱਚ ਅਜੇ ਤੱਕ R34 ਜਿਹੜੀ ਉਹ ਯੂਜ਼ ਹੋ ਰਹੀ ਹੈ। R34 ਸਾਰਾ ਇਹੀ ਹੈ ਨਾ? ਜੀ ਜੀ ਹਾਂਜੀ, ਆਹ ਵੇਖੋ ਨਾ ਜੀ, ਸੈਨੋ ਅਮੈਰੀਕਨ R34, ਠੀਕ ਹੈ ਜੀ। ਇਹ ਸਰ ਅਮੈਰੀਕਨ ਹੈਗੀ ਆ? ਜੀ ਸੈਨੋ ਅਮੈਰੀਕਨ ਹੈ ਗੈਸ, ਠੀਕ ਹੈ ਜੀ। ਇਹ ਗੈਸ ਦਾ ਬਹੁਤ ਅੱਛਾ ਰਿਜ਼ਲਟ ਹੈ। ਅਗਰ ਕਿਸੇ ਨੇ ਘਰ ਵਾਲੇ ਘਰ ਦੇ ਏਸੀ ਦੇ ਵਿੱਚ ਗੈਸ ਫਿਲ ਕਰਵਾਉਣੀ ਹੋਵੇ, ਠੀਕ ਹੈ, ਜਿਹੜੇ ਮਕੈਨਿਕ ਹਜ਼ਰਾਤ ਆਉਂਦੇ ਨੇ ਉਹ ਲੁੱਟਣ ਦੇ ਜ਼ਿਹਨ ਨਾਲ ਆਉਂਦੇ ਨੇ, ਕੁਛ ਬੰਦੇ ਵਿੱਚ ਅੱਛੇ ਵੀ ਹੁੰਦੇ ਨੇ, ਉਹ ਗੱਲ ਕਹਿੰਦੇ ਨੇ ਜੀ ਗੈਸ ਬਹੁਤ ਮਹਿੰਗੀ ਹੈ, ਗੈਸ ਤੋਂ ਉਸ ਤੋਂ ਕੋਈ ਨਹੀਂ ਮਹਿੰਗੀ ਇਹ। ਇਹ ਗੈਸ ਦਾ ਰੇਟ ਹੈਗਾ ਜੀ 1500 ਰੁਪਏ ਕਿਲੋ, ਠੀਕ ਹੈ। ਅਤੇ ਫਰਿੱਜ ਦੇ ਵਿੱਚ ਗੈਸ ਇੱਕ ਪਾਈਆ ਪੈਂਦੀ ਹੈ, ਪਾਓ ਗੈਸ ਪੈਂਦੀ ਹੈ, ਹਿਸਾਬ ਲਾ ਲਓ ਕਿਤੇ 400 ਰੁਪਏ ਦੀ ਗੈਸ ਯੂਜ਼ ਹੁੰਦੀ ਹੈ ਅਤੇ 3000 ਰੁਪਇਆ ਲੈ ਜਾਂਦੇ ਨੇ। ਪਾਓ ਮੈਂ 250 ਗ੍ਰਾਮ, ਹਾਂਜੀ 250 ਗ੍ਰਾਮ ਗੈਸ ਇਸਤੇਮਾਲ ਹੁੰਦੀ ਹੈ। 50 ਰੁਪਏ ਦਾ ਉਹਦੇ ਵਿੱਚ ਪਿੱਤਲ ਦਾ ਜਿਹੜਾ ਫਿਲਟਰ ਹੈ ਉਹ ਯੂਜ਼ ਹੁੰਦਾ ਹੈ।
ठीक है सर, एक तुहाडे कोल गल होर पुछना चाहवांगे कि आज जो सिलेंडर ने जी जी ये मुकम्मल मंगाते हो या टोटे जो मंगा? नहीं नहीं नहीं, असीं सिलेंडर जिहड़े ना जी ये फुल बाहरों आते हैं सिलेंडर फुल फिल करवा के लिए बंद ही होंगे ने, फिर उस तो बाद एक बार जी सेल हो जाते हैं। ठीक है सर, असीं एक पुछना चाहवांगे कि मतलब सदुकी मेहरान हो जी एल आई हो मतलब उतने मॉडल्स ने ठीक न्यू पुराना क्योंकि हम तो मतलब लेटेस्ट मॉडल चलते हैं इन्हें किन्नी किन्नी गैस पे कि सानू अगे ताड़े हथी जरिए सानू बड़ा बहुत अच्छा सवाल किया तुम्हें बहुत अच्छा सवाल किया जी, मैनू खुशी हुई तुम सवाल किया दोस्तों के मेहरान गड्डी तो लैके मेहरान के जिन्हें मॉडल ने आल्टो बी एक्स आर है आल्टो नवा मॉडल है कल्टस है कल्टस नवा मॉडल है एक्सएल आई जी एल आई अल्टस 1.6 होंडा रिकॉन होंडा स्विक जिन्नी भी कारा दे रिलेटेड कारा दे मुतलक जिन्नियां भी गड्डियां कारा चल रही ने उन्होंने 600 ग्राम गैस है। सही होगा सर, कोई कहने ना कोई किलो पैगी डेढ़ किलो पैगी दो किलो पैगी क्योंकि देखो ना फॉर एग्जाम्पल और जो की कहते ठंडे कर देगा देखो ना साढ़े मेरे को गेज हैगी है जी, अगर कोई आदमी या कोई मेरा भाई अगर गैस फिल करवा जाता है ठीक है उनका मकसद है कि वह मीटर चेक करे गड्डी बंद करके गैस फिल हो जाए कूलिंग करके गड्डी नूं बंद कर दो अगर तुसीं अपनी तसली करनी है गैस पूरी है या घट है। दोस्तों थोड़ा जिहड़ा कांटा है ना जी 120 ते या 110 ते आना चाहिए बंद गड्डी बंद होवे सी बंद होवे एक अद्धे घंटे बाद कांटा खुद ब खुद 110 120 ते आ जांदा है। इस उत्ते ना जावे इस तो नीचे होए तो समझो गैस घट भरी है उस बंदे जी, जे इस तो ऊपर होवे तो फिर मतलब नुकसान भी है। हां जी नुकसान है लेकिन असि बहुत अच्छे मैकेनिक असि ओवर भरी दी नहीं घट भर सकदे ओवर नहीं भरदे असि क्योंकि नुकसान हुंदा ना मिस्त्री नूं। सर एक तुहाडे को होर गल पुछना चाहवांगा जी कि इह जिहड़ा मतलब एसी वगैरह दा काम सिर्फ कारां वास्ते जां कोई मतलब ट्रक वगैरह होवे? जी 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 इहनां इहनां दा भी काम करदे हो? जी जी अलहमदुलिल्लाह कोस्टर हो गई ਕੋਸਟਰ ਦੇ ਵਿੱਚ ਵੀ ਇਹੀ ਗੈਸ ਯੂਜ਼ ਹੁੰਦੀ ਹੈ ਜੀ ਉਹ ਜਿਹੜੀ ਮਤਲਬ ਇਹ ਰੋੜਾ ਹੀ ਚੱਲਦੀ ਹੈ ਹਾਈ ਰੂਫ ਬਕਸਾ ਜਿਹੜਾ ਆਇਆ ਨਵਾਂ ਮਾਡਲ ਟਿਓਟਾ ਦਾ ਉਹਦੇ ਵਿੱਚ ਵੀ ਇਹੀ ਗੈਸ ਯੂਜ਼ ਹੁੰਦੀ ਹੈ ਚਿੰਗਾਨ ਡੱਬਾ ਆਇਆ ਵਾ ਉਹਦੇ ਵਿੱਚ ਵੀ ਇਹੀ ਗੈਸ ਯੂਜ਼ ਹੁੰਦੀ ਹੈ ਐਵਰੀ ਡੱਬਾ ਆਇਆ ਉਹਦੇ ਵਿੱਚ ਵੀ ਇਹੀ ਗੈਸ ਯੂਜ਼ ਹੁੰਦੀ ਹੈ ਕਾਰਾਂ ਦੇ ਰਿਲੇਟਡ ਜਿੰਨਾ ਵੀ ਕੰਮ ਹੈ ਆਰ 134 ਗੈਸ ਯੂਜ਼ ਹੁੰਦੀ ਹੈ ਜੀ। ਜੀ ਸਰ ਬਹੁਤ ਬਹੁਤ ਮਿਹਰਬਾਨੀ ਕਿ ਤੁਸੀਂ ਸਾਨੂੰ ਟਾਈਮ ਦਿੱਤਾ ਜੀ ਜੀ ਸਰ ਇਹ ਟਾਈਮ ਦਿੱਤਾ ਵੇਖੋ ਕਿ ਜਿਹੜਾ ਵੀਡੀਓ ਭਰਾ ਵੇਖੇਗਾ ਜੇ ਕੋਈ ਮਸਲਾ ਕਾਰ ਹੋਵੇ ਅੱਲਾ ਪਾਕ ਸਭ ਨੂੰ ਕਾਰ ਦੇਵੇ ਇਸ ਕਿਸੇ ਦੁਸ਼ਮਣ ਨਹੀਂ ਅੱਲਾ ਪਾਕ ਸਭ ਨੂੰ ਕਾਰ ਦੇਵੇ ਵੇਖੋ ਵਿਊਜ਼ ਸਾਡਾ ਵੀਡੀਓ ਬਣਾਉਣ ਦਾ ਮਕਸਦ ਨਾ ਕਿ ਪੈਸੇ ਕਮਾਉਣਾ ਸਾਡਾ ਵੀਡੀਓ ਬਣਾਉਣ ਦਾ ਮਕਸਦ ਇਹ ਹੈਗਾ ਉਸਤਾਦ ਕੋਲ ਮੈਂ ਟਾਈਮ ਲਿਆ ਤਾਂ ਸਾਡੇ ਵੀਡੀਓ ਬਣਾਉਣ ਦਾ ਮਕਸਦ ਇਹ ਹੈ ਕਿ ਜਿਹੜਾ ਭਰਾ ਸਾਡਾ ਕਾਰ ਰੱਖੀ ਉਹ ਵੇਖੇ ਉਹਨੂੰ ਫਾਇਦਾ ਪਹੁੰਚ ਸਕੇ। ਸਰ ਉਸ ਤੋਂ ਬਾਅਦ ਸਾਡਾ ਇੱਕ ਹੋਰ ਹੈ ਕਿ ਜਿਸ ਭਾਈ ਨੂੰ ਸਾਡੇ ਨਾਲ ਕੋਈ ਮਸ਼ਵਰਾ ਕਰਨਾ ਸਾਨੂੰ ਮੈਸੇਜ ਕਰੇ ਕਮੈਂਟਸ ਕਰੇ ਅਸੀਂ ਉਹਨੂੰ ਬੈਕ ਅਪਲਾਈ ਕਰਕੇ ਉਹਦਾ ਜਿਹੜੇ ਵੀ ਮਾਮਲਾਤ ਨੇ ਨਹੀਂ ਸਮਝ ਆ ਰਹੇ ਕਿਸੇ ਮਕੈਨਿਕ ਨੂੰ ਉਹਨੇ ਅਸੀਂ ਉਹਨੂੰ ਸਮਝਾ ਸਕਾਂ। ਸਰ ਭਾਈ ਦਾ ਨੰਬਰ ਦੇ ਭਾਈ ਦਾ ਆਪਣਾ ਨੰਬਰ ਵੀ ਦੇ ਦਿਓ ਮਾੜਾ ਜਿਹਾ 0333-6581-735। ਸਰ ਕੋਈ ਅਗਰ ਆ ਕੇ ਆਟੋ ਇਲੈਕਟ੍ਰੀਸ਼ਨ ਮਤਲਬ ਹੁਸੈਨ ਸਾਹਿਬ ਕੋਈ ਦੱਸੇ ਕਿ ਮੈਂ ਵੀਡੀਓ ਵੇਖ ਕੇ ਆਇਆ ਉਹਦੇ ਵਾਸਤੇ ਕੋਈ ਖੁਸ਼ੀ ਪੈਕੇਜ ਵੀ ਹੋਏਗਾ? ਅਲਹਮਦੁਲਿਲਾ 50% ਡਿਸਕਾਊਂਟ ਹੋਏਗਾ। ਸਰ ਸੁਣਿਆ ਤੁਸੀਂ ਕਾਰ ਦੀ ਮਤਲਬ ਸਰਵਿਸ ਵੀ ਕਰਦੇ ਹੋ? ਹਾਂਜੀ ਕਾਰ ਏਸੀ ਦੀ ਸਰਵਿਸ ਅਸੀਂ ਏ ਟੂ ਜ਼ੈਡ ਕਰੀ ਦੀ ਹੈ ਜੀ, ਗੈਸ ਫਿਲ ਕਰੀ ਦੀ, ਕੰਪਰੈਸਰ ਨਿਊ ਲਗਾ ਕੇ ਦੇਈਦਾ, ਕੰਡੈਂਸਰ ਨਿਊ ਲਗਾ, ਸਮਾਨ ਜਿੰਨਾ ਵੀ ਹੈ ਅਸੀਂ ਅਲਹਮਦੁਲਿਲਾ ਸਾਰਾ ਆਪਣੇ ਕੋਲ ਅਵੇਲੇਬਲ ਹੈ ਅਸੀਂ। ਜੀ ਸਰ ਇਸ ਇਲੈਕਟ੍ਰੀਸ਼ਨ ਭਾਈ ਦਾ ਨਾਮ ਮਲਕ ਹੁਸੈਨ ਸੂਰ ਹੈ ਜੀ, ਮਾਸ਼ਾਅੱਲਾ ਦੋ ਇੰਜੀਨੀਅਰ ਮਲਕ ਹੁਸੈਨ ਮੇਰੇ ਚੈਨਲ ਦਾ ਨਾਮ। ਹਾਂਜੀ ਅਤੇ ਬਾਕੀ ਦੇਖਣ ਵਾਲਿਓ ਤੁਹਾਡੀ ਮਰਜ਼ੀ, ਅਗਰ ਵੀਡੀਓ ਚੰਗੀ ਲੱਗੇ ਲਾਈਕ ਸ਼ੇਅਰ ਕਰ ਦਿਓ ਕਿਉਂਕਿ ਜ਼ਬਰਦਸਤੀ ਜ਼ੋਰ ਨਾ ਤੁਹਾਡੇ ਤੋਂ ਕਰਾਉਣੀ ਕੋਈ, ਤੁਸੀਂ ਵੇਖਣ ਵਾਲੇ ਭਰਾਓ, ਜੇਕਰ ਸਾਡੀ ਵੀਡੀਓ ਚੰਗੀ ਲੱਗੇ ਤਾਂ ਲਾਈਕਸ ਔਰ ਕਮੈਂਟਸ ਐਂਡ ਸ਼ੇਅਰ ਜ਼ਰੂਰ ਕਰਿਓ, ਮਿਹਰਬਾਨੀ, ਥੈਂਕ ਯੂ, ਅੱਲਾ ਪਾਕ ਤੁਹਾਨੂੰ ਖੁਸ਼ ਰੱਖੇ, ਪਾਕਿਸਤਾਨ ਜ਼ਿੰਦਾਬਾਦ।